ਸ਼ਿਕਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ ਚੈਨਲ 'ਤੇ ਅਤੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਟੇਸਟੀ ਅਤੇ ਹੈਲਥੀ ਕੇਕ ਦੀ ਰੈਸਪੀ ਸ਼ੇਅਰ ਕਰ ਰਹੀ ਹਾਂ। ਅੱਜ ਆਪਾਂ ਬਿਨਾਂ ਆਟਾ ਅਤੇ ਬਿਨਾਂ ਮੈਦੇ ਦੇ ਜਿਹੜਾ ਇਹ ਕੇਕ ਬਣਾ ਕੇ ਤਿਆਰ ਕਰਾਂਗੇ। ਅੱਜ ਆਪਾਂ ਸੂਜੀ ਦਾ ਟੂਟੀ ਫਰੂਟੀ ਵਾਲਾ ਕੇਕ ਬਣਾ ਰਹੇ ਹਾਂ ਜੀ। ਬਹੁਤ ਹੀ ਹੈਲਥੀ ਕੇਕ ਰੈਸਪੀ ਆ, ਤੁਸੀਂ ਇਹਨੂੰ 4 ਤੋਂ 5 ਦਿਨ ਸਟੋਰ ਕਰਕੇ ਰੱਖ ਸਕਦੇ ਹੋ। ਜਦੋਂ ਵੀ ਤੁਹਾਡਾ ਕੇਕ ਵਗੈਰਾ ਜਾਂ ਮਿੱਠਾ ਖਾਣ ਦਾ ਮਨ ਕਰੇ ਜਾਂ ਬੱਚੇ ਡਿਮਾਂਡ ਕਰਨ, ਤਾਂ ਤੁਸੀਂ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ। ਤੁਹਾਨੂੰ ਮੇਰੀ ਇਹ ਕੇਕ ਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਜ਼ਰੂਰ ਲਾਈਕ ਸ਼ੇਅਰ ਕਰਿਓ। ਜੇਕਰ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਰੈਸਪੀ ਦੇਖਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ। ਚਲੋ ਜੀ, ਕੇਕ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ। ਇੱਥੇ ਮੈਂ 1 ਕੱਪ ਲਿਆ ਹੈ ਜੀ ਸੂਜੀ ਦਾ, ਅਤੇ ਸੂਜੀ ਦਾ ਵੇਟ ਹੈਗਾ ਹੈ ਜੀ 250 ਗ੍ਰਾਮ, ਅਤੇ 1/2 ਕੱਪ ਲਈ ਹੈ ਜੀ ਚੀਨੀ, ਅਤੇ ਚੀਨੀ ਦਾ ਵੇਟ ਹੈਗਾ 120 ਗ੍ਰਾਮ। ਅਗਰ ਤੁਸੀਂ ਥੋੜ੍ਹਾ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ 150 ਗ੍ਰਾਮ ਇੱਥੇ ਚੀਨੀ ਲੈ ਸਕਦੇ ਹੋ। ਫਿਰ 1/2 ਕੱਪ ਮੈਂ ਲਿਆ ਹੈ ਜੀ ਦੁੱਧ, ਦੁੱਧ ਆਪਾਂ ਗਰਮ ਕਰਕੇ ਲੈਣਾ ਹੈ, ਅਤੇ ਦੁੱਧ ਦਾ ਵੇਟ ਹੈਗਾ ਹੈ 120 ਗ੍ਰਾਮ। ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਹੈ ਜੀ ਚੰਗੀ ਤਰ੍ਹਾਂ। ਦੇਖੋ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ, ਅਤੇ ਫਿਰ ਆਪਾਂ ਇਹਨੂੰ ਕਵਰ ਕਰਕੇ 1/2 ਘੰਟੇ ਲਈ, ਯਾਨੀ ਕਿ 30 ਮਿੰਟਸ ਲਈ ਆਪਾਂ ਇਹਨੂੰ ਕਵਰ ਕਰਕੇ ਰੱਖ ਦੇਣਾ ਹੈ। ਅਤੇ ਦੂਸਰੀ ਸਾਈਡ ਇੱਥੇ ਮੈਂ 1/4 ਕੱਪ ਦਾ ਚੌਥਾ ਹਿੱਸਾ, ਯਾਨੀ ਕਿ 60 ਗ੍ਰਾਮ ਇੱਥੇ ਮੈਂ ਮਿਲਕ ਪਾਊਡਰ ਲਿਆ ਹੈ, ਅਤੇ 50 ਗ੍ਰਾਮ ਮੈਂ ਲਿਆ ਹੈ ਜੀ ਕਸਟਰਡ ਪਾਊਡਰ, ਅਤੇ ਨਾਲ ਹੀ ਇੱਥੇ ਮੈਂ 4 ਵੱਡੇ ਚਮਚ ਲਏ ਆ ਜੀ ਟੂਟੀ ਫਰੂਟੀ। ਤੁਸੀਂ ਚੈਰੀ ਵੀ ਲੈ ਸਕਦੇ ਹੋ, ਟੂਟੀ ਫਰੂਟੀ ਵੀ ਲੈ ਸਕਦੇ ਹੋ, ਅਤੇ ਤੁਹਾਡੇ ਕੋਲ ਇਹ ਨਹੀਂ ਹੈਗੀ ਤਾਂ ਤੁਸੀਂ ਇਹਦੀ ਜਗ੍ਹਾ 'ਤੇ ਸੌਗੀ ਵੀ ਲੈ ਸਕਦੇ ਹੋ, ਉਹਨੂੰ ਕੱਟ ਕੇ ਤੁਸੀਂ ਵਰਤ ਸਕਦੇ ਹੋ। ਟੂਟੀ ਫਰੂਟੀ ਦੇ ਉੱਪਰ ਮੈਂ 1 ਚਮਚ ਪਾਇਆ ਜੀ ਕਣਕ ਦਾ ਆਟਾ। ਕਣਕ ਦਾ ਆਟਾ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਕਣਕ ਦਾ ਆਟਾ ਪਾਉਣ ਦੇ ਨਾਲ ਆ ਜਿਹੜੀ ਆਪਣੀ ਟੂਟੀ ਫਰੂਟੀ ਆ, ਕਈ ਵਾਰੀ ਜਦੋਂ ਆਪਾਂ ਟੂਟੀ ਫਰੂਟੀ ਕੇਕ ਜਾਂ ਕਿਸੇ ਚੀਜ਼ ਦੇ ਵਿੱਚ ਪਾਉਂਦੇ ਹਾਂ ਤਾਂ ਨੀਚੇ ਚਲੀ ਜਾਂਦੀ ਆ। ਇਸ ਤਰ੍ਹਾਂ ਸੁੱਕਾ ਆਟਾ ਇਹਦੇ 'ਤੇ ਆਪਾਂ ਲਗਾ ਰਹੇ ਹਾਂ ਕਿ ਇਹ ਸਟੱਕ ਹੋ ਜਾਵੇਗੀ, ਕਿ ਨੀਚੇ ਜਾ ਕੇ ਨਹੀਂ ਬੈਠੇਗੀ। ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲੈਣਾ ਹੈ ਜੀ, ਅਤੇ ਫਿਰ ਦੂਸਰੀ ਸਾਈਡ 30 ਮਿੰਟ ਹੋ ਗਏ ਆ, ਆਪਣੀ ਸੂਜੀ ਵੀ ਇੱਥੇ ਕਾਫੀ ਫੁੱਲ ਗਈ ਹੈ, ਅਤੇ ਆਪਾਂ ਇੱਕ ਵਾਰੀ ਚੈੱਕ ਕਰਕੇ ਦੇਖ ਲੈਂਦੇ ਹਾਂ। ਫਿਰ ਸੂਜੀ ਵਾਲੇ ਬੈਟਰ ਨੂੰ ਆਪਾਂ ਪਾ ਦੇਣਾ ਹੈ ਜੀ ਮਿਕਸੀ ਦੇ ਜਾਰ ਦੇ ਵਿੱਚ। ਫਿਰ ਜੋ ਆਪਾਂ ਇੱਥੇ ਲਿਆ ਸੀ ਜੀ ਮਿਲਕ ਪਾਊਡਰ ਅਤੇ ਕਸਟਰਡ ਪਾਊਡਰ, ਉਹ ਵੀ ਪਾ ਦੇਣੀ ਆ। ਫਿਰ ਇੱਥੇ 1 ਕੱਪ ਯਾਨੀ ਕਿ 1/4 ਕੱਪ ਹਿੱਸਾ ਲਿਆ ਹੈ ਜੀ ਦੇਸੀ ਘਿਓ। ਤੁਸੀਂ ਇਹਦੀ ਜਗ੍ਹਾ 'ਤੇ ਡਾਲਡਾ ਘਿਓ ਲੈ ਸਕਦੇ ਹੋ, ਰਿਫਾਇੰਡ ਤੇਲ ਵੀ ਲੈ ਸਕਦੇ ਹੋ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ 1 ਤੋਂ 1.5 ਮਿੰਟ ਇਸ ਤਰ੍ਹਾਂ ਬਲੈਂਡ ਕਰ ਲੈਣਾ ਹੈ, ਯਾਨੀ ਕਿ ਮਿਕਸੀ ਨੂੰ ਘੁਮਾ ਲੈਣਾ ਹੈ। ਅਤੇ ਫਿਰ ਉਹ ਬੈਟਰ ਨੂੰ ਆਪਾਂ ਸੇਮ ਮਤਲਬ ਕਿ ਬਾਊਲ ਦੇ ਵਿੱਚ, ਡੋਂਗੇ ਦੇ ਵਿੱਚ ਕੱਢ ਲਿਆ ਹੈ। ਇੱਥੇ ਫਿਰ 1 ਚਮਚ ਮੈਂ ਲੈ ਰਹੇ ਹਾਂ ਜੀ ਵਨੀਲਾ ਐਸੈਂਸ, ਇਹਦੇ ਨਾਲ ਜਿਹੜਾ ਆਪਣਾ ਕੇਕ ਆ ਬਹੁਤ ਹੀ ਫਲੇਵਰ ਵਾਲਾ ਬਣ ਕੇ ਤਿਆਰ ਹੋਏਗਾ। ਅਤੇ ਨਾਲ ਹੀ ਇਹਦੇ ਵਿੱਚ ਆਪਾਂ ਪਾ ਦੇਣੀ ਹੈ ਜੀ ਟੂਟੀ ਫਰੂਟੀ। ਇੱਥੇ ਮੈਂ 1/2 ਟੂਟੀ ਫਰੂਟੀ ਪਾ ਦਿਆਂਗੀ, ਅਤੇ 1/2 ਆਪਾਂ ਬਾਅਦ ਵਿੱਚ ਵਰਤਾਂਗੇ। ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਬੈਟਰ ਮੈਨੂੰ ਇੱਥੇ ਥੋੜ੍ਹਾ ਜਿਹਾ ਗਾੜਾ ਲੱਗਦਾ ਸੀ ਜੀ, ਇੱਥੇ 4 ਤੋਂ 5 ਵੱਡੇ ਚਮਚ ਆਪਾਂ ਦੁੱਧ ਦੇ ਪਾ ਲਵਾਂਗੇ। ਮੈਂ ਮਿਕਸੀ ਦੇ ਜਾਰ ਦੇ ਵਿੱਚ ਦੁੱਧ ਪਾ ਕੇ ਉਹਨੂੰ ਸਾਰਾ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਲਿਆ ਸੀ, ਅਤੇ 4 ਵੱਡੇ ਚਮਚ ਦੁੱਧ ਪਾ ਕੇ ਫਿਰ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਸਾਰ ਕਰ ਲੈਣਾ, ਯਾਨੀ ਕਿ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਹੈ। ਬੈਟਰ ਨੂੰ ਚੰਗੀ ਤਰ੍ਹਾਂ ਮੈਂ ਮਿਕਸ ਕਰ ਲਿਆ ਹੈ ਜੀ, ਬੈਟਰ ਆਪਣਾ ਰੈਡੀ ਹੈ, ਅਤੇ ਦੂਸਰੀ ਸਾਈਡ ਆਪਾਂ ਕੇਕ ਬਣਾਉਣ ਵਾਲਾ ਜੋ ਟਿਨ ਆ ਉਹ ਗਰੀਸ ਕਰ ਲਵਾਂਗੇ। ਇੱਥੇ ਮੇਰੇ ਕੋਲ ਇਹ ਕੇਕ ਬਣਾਉਣ ਵਾਲਾ ਟਿਨ ਹੈਗਾ ਹੈ, ਅਗਰ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਕੋਈ ਵੀ ਨੋਰਮਲ ਬਰਫ਼ ਵਾਲਾ ਡੋਂਗਾ ਲੈ ਸਕਦੇ ਹੋ, ਘਰ ਦੇ ਵਿੱਚ ਵੱਡੇ ਸਾਈਜ਼ ਦਾ ਕੋਈ ਕੌਲਾ ਹੈ ਉਹ ਵੀ ਲੈ ਸਕਦੇ ਹੋ, ਤੁਸੀਂ ਕਿਸੇ ਚੀਜ਼ ਦੇ ਵਿੱਚ ਆਸਾਨੀ ਦੇ ਨਾਲ ਬਣਾ ਸਕਦੇ ਹੋ। ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਰਿਫਾਇੰਡ ਤੇਲ ਲਗਾਇਆ ਜੀ ਨੀਚੇ, ਤੁਸੀਂ ਕੋਈ ਵੀ ਤੇਲ ਘਿਓ ਲਗਾ ਸਕਦੇ ਹੋ, ਅਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਗਰੀਸ ਕਰ ਲੈਣਾ ਹੈ।
फिर एक कढ़ाई मैं रखी है जी गैस से, इनू आप प्री हीट करना है। तो 5 मिनट पहला ही मैं हाई फ्लेम से इनू गर्म होने रख दिता है। दूसरी साइड मैं फिर एक चम्मच इतने लिया जी भर के बेकिंग पाउडर, तो चम्मच का चौथा हिस्सा इतने मैं लिया हैगा है बेकिंग सोडा। ये बहुत ही जरूरी है क्योंकि ये जो अपना केक आ बहुत ही फ्लफी तो सॉफ्ट बन के तैयार होंगे है। तो नाल ही एक चम्मच मैं लिया जी विनेगर का, ये जड़ा यदि अच्छी तरह बाइंडिंग हो जाती है तो बहुत ही वधिया फ्लफी तो सॉफ्ट केक बन के तैयार होंगे है। ये चीज़ा बहुत ही जरूरी है, तुहाडे कोल नहीं है तो तुसी बाजार दे विच आसानी नाल इन्हां नूं खरीद सकते हो। यानी कि इत्थे मैं एक चम्मच यानी कि एक टीस्पून लिया हैगा बेकिंग पाउडर, तो 1/4 टीस्पून इत्थे मैं लिया हैगा है बेकिंग सोडा। इन्हां नूं चंगी तरह आपां मिक्स करना है जी, ओवर मिक्स नहीं करना, यानी कि ज़्यादा मिक्स नहीं करना। मिक्स करके तो फिर इन्हूं आपां पा देना है डोंगे दे विच जो कि आपां ग्रीस करके रख्या होया सी। एक बार आप इस तरह पटकना है यानी कि टैब करना है, ये जी ये कोई भी एयर बबल या हवा होएगी वो निकल जाएगी। तो उपर दी आप जो एक्सट्रा अपने को बची हुई टूटी फ्रूटी सी यानी कि चैरी सी वो लगा देनी है। बैटर अपना रेडी है जी, दूसरी साइड 5 to 6 मिनट हो चुकी है, कढ़ाई भी अपनी जी गर्म हो चुकी है। कढ़ाई दे विच पहला मैं एक प्लेट रख लिया जी नीचे, तो फिर उपर आप रख देना है केक वाला टीन। केक टीन रख के जी तो फिर उपरों आप कढ़ाई नू कवर कर देना है। कवर करके आप केक नू 35 to 40 मिनट कुक करना है। तो देखो मैं इनू 40 मिनट कुक कर लिया है जी, तो कढ़ाई मेरे को छोटे साइज़ की सी, जिहड़ा केक आ वह उपर लग गया कढ़ाई के ढक्कन दे नाल। ते आपां केक नू चैक करके देख लें, तो अगर तुहाडा केक इस तरह तुसी नाइफ दे नाल चैक कर सकते हो, टूथपिक दे नाल चैक करके देख सकते हो। तुहाडा इस तरह नाइफ दे नाल नहीं लग रहा तो तुहाडा जिहड़ा केक आ बन के तैयार हो चुका है। तो फिर इनू मैं 1/2 घंटे लई ठंडा किया जी, ठंडा करन तो बाद हाले भी बहुत गर्म सी। बाहर कढ़ के जी केक नूं आपां बिल्कुल ठंडा कर लेना है। तो आपां साइडा तो एक बार इस तरह नाइफ घुमा लेनी है जां कि नाइफ दे नाल कट लेना है। तो फिर इनू उल्टा करके केक वाले टीन नूं, तो जिहड़ा अपना बहुत ईजीली केक आ बाहर निकल आएगा। देखो केक दे विचों हाजे भी स्टीम भाफ निकल रही है, तो केक गर्म सी। तो देखो अपना जिहड़ा केक आ देखण नूं कितना वधिया लग रहा है, तो बहुत ही सॉफ्ट ते स्पंजी केक बन के तैयार होया जी। आपां आसान तरीके दे नाल घर दे विच बना सकते हैं, बिल्कुल भी बाजारों खरीदने की लोड़ नहीं। बाजार वाला जिहड़ा केक हुंदा उहदे विच हमेशा एग की वरतों यानी कि अंडे की वरतों की जाती है। तो तुहानूं मैं कट के भी दिखाउनी हां, आपां इहनूं अपने इस तरह मनपसंद के पीसां दे विच कट लेना है। तो देखो देखण नूं कितना वधिया लगता है, तो कितना टेस्टी केक बन के तैयार होया सी। तुसीं घर दे विच आसानी दे नाल इस तरह केक बना सकते हो जी, तो बना के बच्चों नूं दे सकते हो। बहुत ही हैल्थी केक आ बिना किसी मिलावट के। तो इसी तरह आप सारे पीस आ जिहड़े कट के तैयार कर लैने आ। तो देखो इकला इकला पीस बहुत ही वधिया देखण नूं लग रहा है, तो बहुत ही टेस्टी केक बनिया सीगा। तो इसी तरह नवी तो नवी रेसिपी देखने चैनल में जरूर सब्सक्राइब करा करो जी। मिलते हैं नवी रेसिपी के नाल। थैंक यू सो मच।